ਨਮਸਕਾਰ ਖਬਰਾਂ ਦੇ ਇਸ ਬਲੇਟਰ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੌਂਮੀ ਖਬਰਾਂ ਡੀਆਰਡੀਓ ਵੱਲੋਂ ਵਿਕਸਿਤ ਕੀਤੀ ਗਈ ਕਰੋਨਾ ਵਿਰੋਧੀ ਦਵਾਈ ਦੋ ਡੀਜੀ ਦੀ ਪਹਿਲੀ ਖੇਪ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਸਾਂਝੇ ਤੌਰ ਤੇ ਜਾਰੀ ਕੀਤਾ ਇਸ ਦਵਾਈ ਨੂੰ ਪਹਿਲਾਂ ਹੀ ਵਧੇਰੇ ਨਾਜ਼ੁਕ ਸਥਿਤੀ ਵਿੱਚ ਵਰਤਣ ਦੀ ਮਨਜ਼ੂਰੀ ਮਿਲ ਚੁੱਕੀ ਹੈ ਕਲੀਨिकल ਤਜਰਬਿਆਂ ਦੌਰਾਨ ਇਸ ਦਵਾਈ ਨਾਲ ਆਕਸੀਜਨ ਦੀ ਸਹਾਇਤਾ ਲੈ ਰਹੇ ਮਰੀਜ਼ਾਂ ਤੇ ਪੋਜ਼ਿਟਿਵ ਐਲਾਨੇ ਗਏ ਮਰੀਜ਼ਾਂ ਤੇ ਚੰਗਾ ਅਸਰ ਦੇਖਣ ਨੂੰ ਮਿਲਿਆ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲਾ ਤੇ ਹਥਿਆਰਬੰਦ ਬਲਾਂ ਦੀ ਕੋਵਿਡ ਮਹਾਮਾਰੀ ਵਿਰੁੱਧ ਲੜਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਮੀਟਿੰਗ ਕੀਤੀ। ਦੇਸ਼ ਵਿੱਚ 25 ਦਿਨਾਂ ਬਾਅਦ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 3 ਲੱਖ ਤੋਂ ਹੇਠਾਂ ਦਰਜ ਕੀਤੀ ਗਈ। ਬੀਤੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਮਾਮਲਿਆਂ ਨਾਲੋਂ 97000 ਤੋਂ ਵੱਧ ਰਿਪੋਰਟ ਹੋਈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਕਿ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ 2 ਕਰੋੜ ਤੋਂ ਵੱਧ ਕਰੋਨਾ ਵੈਕਸੀਨ ਖੁਰਾਕਾਂ ਉਪਲਬਧ ਨਹੀਂ। ਮੁਹਾਲੀ ਦੀ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ ਨੇ ਕੋਵਿਡ ਵਿਰੁੱਧ ਜੰਗ ਵਿੱਚ ਕਰੋਨਾ ਯੋਧਿਆਂ ਦੀ ਭੂਮਿਕਾ ਨਿਭਾਈ। ਵਦੇਲੀ ਉਮਰ ਦੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਲੋਕਾਂ ਨੂੰ ਕਰੋਨਾ ਮਹਾਮਾਰੀ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਹੋਰ ਸਾਜ਼ੋ-ਸਮਾਨ ਮੁਹੱਈਆ ਕਰਵਾਇਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 8ਵੀਂ ਤੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਵਰਚੁਅਲ ਮਾਧਿਅਮ ਰਾਹੀਂ ਵਿਸ਼ਵ ਦੂਰ ਸੰਚਾਰ ਦਿਵਸ ਮਨਾਇਆ ਗਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਰੱਖਿਆ ਖੋਜ ਤੇ ਵਿਕਾਸ ਸੰਗਠਨ ਯਾਨੀ ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਕਰੋਨਾ ਵਿਰੋਧੀ ਦਵਾਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਡੀਆਰਡੀਓ ਦੇ ਨਵੀਂ ਦਿੱਲੀ ਵਿੱਚ ਪੈਂਦੇ ਹੈੱਡਕੁਆਰਟਰ ਵਿੱਚ ਇੱਕ ਸਮਾਗਮ ਦੌਰਾਨ ਲਾਂਚ ਕੀਤਾ ਡੀਆਰਡੀਓ ਵੱਲੋਂ ਬਣਾਈ ਗਈ ਕਰੋਨਾ ਦੀ ਇਸ ਦਵਾਈ ਨੂੰ ਬ데ਰੇ ਨਾਜ਼ੁਕ ਸਥਿਤੀ ਵਿੱਚ ਵਰਤਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਦਵਾਈ ਨੂੰ ਡਾਕਟਰ ਰੈਡੀਜ਼ ਲੈਬਾਰਟਰੀਜ਼ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਕਰੋਨਾ ਵਿਰੋਧੀ ਦਵਾਈ 2 ਡੀਆਕਸੀ ਡੀ ਗਲੂਕੋਜ਼ ਯਾਨੀ 2 ਡੀਜੀ ਦੀ ਪਹਿਲੀ ਖੇਪ ਨੂੰ ਜਾਰੀ ਕੀਤਾ ਗਿਆ ਇਹ ਦਵਾਈ ਇੱਕ ਪੈਕੇਟ ਵਿੱਚ ਪਾਊਡਰ ਦੇ ਰੂਪ ਵਿੱਚ ਆਈ ਹੈ ਤੇ ਇਸ ਨੂੰ ਪਾਣੀ ਵਿੱਚ ਘੋਲ ਕੇ ਪੀਣਾ ਪਵੇਗਾ ਕਲੀਨਿਕਲ ਤਜਰਬਿਆਂ ਦੇ ਨਤੀਜਿਆਂ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦਵਾਈ ਦੀ ਵਰਤੋਂ ਨਾਲ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਤੇ ਆਕਸੀਜਨ ਦੀ ਸਹਾਇਤਾ ਲੈ ਰਹੇ ਮਰੀਜ਼ਾਂ ਨੂੰ ਵੀ ਘੱਟ ਆਕਸੀਜਨ ਦੀ ਲੋੜ ਪੈਂਦੀ ਹੈ ਇਲਾਜ ਦੌਰਾਨ 2 DG ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਮਰੀਜ਼ਾਂ ਦੇ RTPCR ਟੈਸਟ ਨੈਗੇਟਿਵ ਪਾਏ ਗਏ ਨੇ ਮਹਾਮਾਰੀ ਦੇ ਖਿਲਾਫ ਲੜਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਸੱਦੇ ਨੂੰ ਧਿਆਨ ਵਿੱਚ ਰੱਖਦਿਆਂ DRDO ਨੇ 2 DG ਐਂਟੀ ਕੋਵਿਡ ਦਵਾਈ ਨੂੰ ਵਿਕਸਿਤ ਕਰਨ ਦਾ ਉਪਰਾਲਾ ਕੀਤਾ ਹੈ ਇੱਕ ਸਧਾਰਨ ਅਣੂ ਤੇ ਗਲੂਕੋਜ਼ ਦੇ ਮੇਲ ਨਾਲ ਬਣਨ ਵਾਲੀ ਇਸ ਖੁਰਾਕ ਨੂੰ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ ਤੇ ਕਾਫੀ ਮਾਤਰਾ ਵਿੱਚ ਦੇਸ਼ ਵਿੱਚ ਉਪਲਬਧ ਦੇ ਇਹ ਦਵਾਈ ਵਾਇਰਸ ਪ੍ਰਭਾਵਿਤ ਸੈੱਲਾਂ ਤੇ ਜਮਾ ਹੋ ਜਾਂਦੀ ਹੈ ਤੇ ਵਾਇਰਸ ਨੂੰ ਫੈਲਣ ਤੋਂ ਰੋਕਦੀ ਹੈ ਨਾਲ ਦੀ ਨਾਲ ਇਹ ਦਵਾਈ ਸਰੀਰ ਵਿੱਚ ਕਿਟਾਣੂਆਂ ਨਾਲ ਲੜਨ ਵਾਲੇ ਜੀਮਾਣੂਆਂ ਨੂੰ ਵਿਕਸਿਤ ਹੋਣ ਦਾ ਸਮਾਂ ਵੀ ਦਿੰਦੀ ਹੈ ਅਜਿਹਾ ਕਰਨ ਨਾਲ ਇਹ ਦਵਾਈ ਜਿੱਥੇ ਕੀਮਤੀ ਜਾਨਾਂ ਬਚਾਉਣ ਲਈ ਇੱਕ ਉਮੀਦ ਦੀ ਕਿਰਨ ਹੈ ਉੱਥੇ ਇਸ ਦਵਾਈ ਦੀ ਵਰਤੋਂ ਮਗਰੋਂ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਛੇਤੀ ਸਿਹਤਯਾਬ ਕਰਨ ਵਿੱਚ ਮਦਦ ਮਿਲੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲੇ ਤੇ ਹਥਿਆਰਬੰਦ ਬਲਾਂ ਦੀ ਕੋਵਿਡ ਮਹਾਮਾਰੀ ਵਿਰੁੱਧ ਲੜਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਅੱਜ ਸਮੀਖਿਆ ਮੀਟਿੰਗ ਕੀਤੀ। ਰੱਖਿਆ ਮੰਤਰੀ ਨੇ ਸਕਤਰਾ ਚੀਫ ਆਫ ਦਿ ਡਿਫੈਂਸ ਸਟਾਫ ਤਿੰਨੋਂ ਸੈਨਾਵਾਂ ਦੇ ਮੁਖੀਆਂ ਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰencing ਰਾਹੀਂ ਚੁੱਕੇ ਕਦਮਾਂ ਦੀ ਜਾਣਕਾਰੀ ਹਾਸਲ ਕੀਤੀ। ਦੇਸ਼ ਵਿੱਚ 25 ਦਿਨਾਂ ਅੰਦਰ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 3 ਲੱਖ ਤੋਂ ਹੇਠਾਂ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ ਦੇਸ਼ ਵਿੱਚ ਕਰੋਨਾ ਦੇ 281000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਜਿਸ ਨਾਲ ਕੁੱਲ ਪੋਜ਼ੀਟਿਵ ਮਾਮਲਿਆਂ ਦੀ ਗਿਣਤੀ 2 ਕਰੋੜ 49 ਲੱਖ ਤੋਂ ਪਾਰ ਹੋ ਗਈ ਹੈ ਇਸ ਅਰਸੇ ਦੌਰਾਨ 4106 ਮੌਤਾਂ ਦਰਜ ਹੋਈਆਂ ਨੇ ਦੇਸ਼ ਵਿੱਚ ਹੁਣ ਤੱਕ 2 ਕਰੋੜ 7 ਲੱਖ ਤੋਂ ਵੱਧ ਵਿਅਕਤੀ ਕਰੋਨਾ ਲਾਗ ਤੋਂ ਮੁਕਤ ਐਲਾਨੇ ਗਏ ਨੇ ਬੀਤੇ 24 ਘੰਟਿਆਂ ਦੌਰਾਨ 378000 ਤੋਂ ਵੱਧ ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ ਦੇਸ਼ ਵਿੱਚ ਇਸ ਵੇਲੇ ਕਰੋਨਾ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 35 ਲੱਖ 16 ਹਜ਼ਾਰ ਤੋਂ ਵੱਧ ਦਰਜ ਕੀਤੀ ਜਾ ਰਹੀ ਹੈ ਜਿਹੜੀ ਕੁੱਲ ਮਾਮਲਿਆਂ ਦਾ 14.66% ਬਣਦੀ ਹੈ। ਦੇਸ਼ ਵਿੱਚ ਸਹਿਤਿਆਬ ਐਲਾਨੇ ਗਏ ਮਰੀਜ਼ਾਂ ਦੀ ਧਾਰਵਾਤ ਕੀ 84.81% ਹੋ ਗਈ ਹੈ। ਇਸ ਮਹਾਮਾਰੀ ਨਾਲ ਦੇਸ਼ ਵਿੱਚ ਹੁਣ ਤੱਕ 2,74,000 ਤੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ। ਅੰਕੜਿਆਂ ਮੁਤਾਬਕ ਬੀਤੇ ਦਿਨ ਦੇਸ਼ ਵਿੱਚ 6,91,000 ਤੋਂ ਵੱਧ ਲਾਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ। ਹੁਣ ਤੱਕ 18 ਕਰੋੜ 29 ਲੱਖ ਤੋਂ ਵੱਧ ਲਾਪਾਤਰੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਜਾ ਚੁੱਕੇ ਨੇ ਦੇਸ਼ ਵਿੱਚ ਵਿਕਸਿਤ ਭਾਰਤ ਬਾਇਓਟੈਕ ਦਾ ਕੋਵਿਡ ਰੋਕੂ ਟੀਕਾ ਕੋਵੈਕਸਿਨ ਭਾਰਤ ਅਤੇ برطانیہ ਵਿੱਚ ਪਾਏ ਜਾ ਰਹੇ ਕਰੋਨਾ ਵਾਇਰਸ ਦੇ ਵੱਖੋ-ਵੱਖਰੇ ਸਟ੍ਰੇਨ ਖਿਲਾਫ ਕਾਰਗਰ ਸਾਬਤ ਹੋ ਰਹੀ ਹੈ ਡਾਕਟਰੀ ਰਸਾਲੇ ਕਲੀਨिकल ਇਨਫੈਕਸ਼ਨਸ ਡਿਜ਼ੀਜ਼ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵੈਕਸਿਨ ਡਬਲ 뮤ਟੈਂਟ ਵਾਇਰਸ ਸਮੇਤ ਕਰੋਨਾ ਵਾਇਰਸ ਦੇ ਵੱਖ-ਵੱਖਰੇ ਰੂਪਾਂ ਨੂੰ ਬੇਅਸਰ ਕਰਨ ਵਿੱਚ ਸਫਲ ਸਾਬਤ ਹੋ ਰਹੀ ਹੈ ਕੋਵੈਕਸਿਨ ਭਾਰਤ ਵਿੱਚ ਹੁਣ ਤੱਕ ਉਪਲਬਧ ਤਿੰਨ ਕੋਵਿਡ ਰੋਕੂ ਟੀਕਿਆਂ ਵਿੱਚੋਂ ਇੱਕ ਹੈ ਕੁਝ ਦਿਨ ਪਹਿਲਾਂ ਹੀ ਭਾਰਤੀ ਦਵਾਈਆਂ ਬਾਰੇ ਅਥਾਰਟੀ ਨੇ 2 ਤੋਂ 18 ਸਾਲ ਦੇ ਬੱਚਿਆਂ ਤੱਕ ਕੋਵੈਕਸਿਨ ਦੇ ਤਜਰਬੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੋਵੈਕਸਿਨ ਇਹ ਮਨਜ਼ੂਰੀ ਹਾਸਲ ਕਰਨ ਵਾਲਾ ਪਹਿਲਾ ਕੋਵਿਡ ਰੋਕੂ ਟੀਕਾ ਹੈ ਬੱਚਿਆਂ ਤੇ ਇਹ ਤਜਰਬਾ ਅਗਲੇ 2 ਤੋਂ 3 ਮਹੀਨਿਆਂ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਹੈ ਕਿ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਅਜੇ ਵੀ 2 ਕਰੋੜ ਤੋਂ ਵੱਧ ਕਰੋਨਾ ਵੈਕਸੀਨ ਖੁਰਾਕਾਂ ਉਪਲਬਧ ਨੇ ਇਸ ਤੋਂ ਇਲਾਵਾ ਸੂਬਿਆਂ ਨੂੰ 3 ਲੱਖ ਦੇ ਕਰੀਬ ਵੈਕਸੀਨ ਖੁਰਾਕਾਂ 3 ਦਿਨਾਂ ਦੇ ਅੰਦਰ-ਅੰਦਰ ਮਿਲ ਜਾਣਗੀਆਂ ਕੇਂਦਰ ਵੱਲੋਂ ਹੁਣ ਤੱਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ कोरोना टीकਿਆਂ ਦੀਆਂ 20 ਕਰੋੜ 76 ਲੱਖ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਜਾ ਚੁੱਕੀਆਂ ਨੇ ਤੇ 16 ਮਈ ਤੱਕ ਜਾਇਆ ਗਈਆਂ ਖੁਰਾਕਾਂ ਸਮੇਤ 18 ਕਰੋੜ 71 ਲੱਖ ਤੋਂ ਵੱਧ ਖੁਰਾਕਾਂ ਦੀ ਖਪਤ ਹੋਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਸਪਸ਼ਟ ਕੀਤਾ ਹੈ ਕਿ ਕੋਵੀ ਸ਼ੀਲਡ ਵੈਕਸੀਨ ਦੀ ਦੂਜੀ ਖੁਰਾਕ ਲਈ ਪਹਿਲਾਂ ਤੋਂ ਆਨਲਾਈਨ ਦਰਜ ਕੀਤੀ ਗਈ ਬੁਕਿੰਗ ਕਾਇਮ ਰਹੇਗੀ ਤੇ ਉਸ ਨੂੰ ਕੋਵਿਡ ਪੋਰਟਲ ਤੇ ਰੱਦ ਨਹੀਂ ਕੀਤਾ ਜਾਵੇਗਾ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ ਡਿਜੀਟਲ ਪੋਰਟਲ ਤੇ ਕੁਝ ਲੋੜੀਂਦੇ ਬਦਲਾਅ ਕੀਤੇ ਗਏ ਨੇ ਜਿਸ ਕਾਰਨ ਪਹਿਲੀ ਖੁਰਾਕ ਦੀ ਤਰੀਕ ਤੋਂ ਬਾਅਦ ਟੀਕਾ ਲਗਵਾਉਣ ਦਾ ਫਰਕ ਜੇ 84 ਦਿਨ ਤੋਂ ਘਾਟੇ ਤਾਂ ਆਨਲਾਈਨ ਜਾਂ ਮੌਕੇ ਤੇ ਬੁਕਿੰਗ ਦਰਜ ਨਹੀਂ ਹੋਵੇਗੀ ਕੇਂਦਰ ਨੇ 13 ਮਈ ਨੂੰ ਕੋਵੀ ਸ਼ੀਲਡ ਵੈਕਸੀਨ ਦੀ ਪਹਿਲੀ ਤੇ ਦੂਜੀ ਖੁਰਾਕ ਵਿਚਲੇ ਫਰਕ ਨੂੰ ਵਧਾ ਕੇ 12 ਤੋਂ 16 ਹਫ਼ਤੇ ਕਰ ਦਿੱਤਾ ਹੈ ਮੰਤ੍ਰਾਲਾ ਵੱਲੋਂ ਕਿਹਾ ਗਿਆ ਹੈ ਕਿ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਅਜਿਹੀਆਂ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਵਿਅਕਤੀਆਂ ਨੇ ਕੋਵਿਡ ਪੋਰਟਲ ਤੇ ਬੁਕਿੰਗ ਕਰਵਾਈ ਸੀ ਉਹਨਾਂ ਨੂੰ ਟੀਕਾਕਰਨ ਕੇਂਦਰਾਂ ਤੋਂ ਮੋੜਿਆ ਜਾ ਰਿਹਾ ਏ ਕਿਉਂਕਿ ਜੋ ਅਜੇ ਪਹਿਲੀ ਖੁਰਾਕ ਨੂੰ ਲੈ 84 ਦਿਨ ਨਹੀਂ ਹੋਏ ਨੇ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਕਿਹਾ ਏ ਕਿਉਂ ਕੋਵੀ ਸ਼ੀਲਡ ਦੀ ਦੂਜੀ ਖੁਰਾਕ ਲੈਣ ਲਈ ਕੀਤੀ ਗਈ ਆਨਲਾਈਨ ਬੁਕਿੰਗ ਦਾ ਸਨਮਾਨ ਕਰਨ ਤੇ ਉਹਨਾਂ ਨੂੰ ਰੱਦ ਨਾ ਕੀਤਾ ਜਾਵੇ। ਲਾਪਾਤਰੀਆਂ ਨੂੰ ਮੋੜਨ ਦੀ ਥਾਂ ਤੇ ਉਹਨਾਂ ਨੂੰ ਕੋਵੀ ਸ਼ੀਲਡ ਦੀ ਦੂਜੀ ਖੁਰਾਕ ਦੇਣੀ ਚਾਹੀਦੀ ਏ। ਉਹਨਾਂ ਇਸ ਨਵੇਂ ਬਦਲਾਅ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬਿਆਂ ਤੇ ਕੇਂਦਰ ਸਿਆਸਤ ਪਰਦੇਸ਼ਾਂ ਵੱਲੋਂ ਮੋਹਮ ਚਲਾਉਣ ਦਾ ਸੱਦਾ ਵੀ ਦਿੱਤਾਇਆ। ਮੋਹਾਲੀ ਦੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਕੋਵਿਡ ਵਿਰੁੱਧ ਜੰਗ ਵਿੱਚ ਕਰੋਨਾ ਯੋਧਿਆਂ ਦੀ ਭੂਮਿਕਾ ਨਿਭਾਈ। ਇਸ ਜਥੇਬੰਦੀ ਦੇ ਬਡੇਰੀ ਉਮਰ ਦੇ ਨਾਗਰਿਕਾਂ ਨੇ ਕਰੋਨਾ ਬਾਰੇ ਸਿਰਫ ਲੋਕਾਂ ਨੂੰ ਹੀ ਜਾਗਰੂਕ ਨਹੀਂ ਕੀਤਾ ਸਗੋਂ ਆਪਣੇ ਸੀਮਤ ਵਸੀਲਿਆਂ ਵਿੱਚੋਂ ਇਕੱਠੀ ਕੀਤੀ ਗਈ ਰਾਸ਼ੀ ਵਿੱਚੋਂ 4 ਲੱਖ ਰੁਪਏ ਪੀਪੀਈ ਕਿੱਟਾਂ ਸੈਨੀਟਾਈਜ਼ਰ ਮਾਸਕ ਤੇ ਡਾਕਟਰਾਂ ਵਾਸਤੇ ਇੱਕੋ ਵਾਰ ਵਰਤੇ ਜਾਣ ਵਾਲੇ ਗਾਊਨ ਆਦਤੇ ਖਰਚੇ ਕੀਤੇ ਤੇ ਆਮ ਲੋਕਾਂ ਦੇ ਨਾਲ-ਨਾਲ ਸਿਹਤ ਵਰਕਰਾਂ ਦੀ ਵੀ ਵੱਧ ਚੜ ਕੇ ਮਦਦ ਕੀਤੀ ਅੱਜ ਮੋਹਾਲੀ ਸੀਨੀਅਰ ਸਿਟੀਜ਼ਨਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਵਰਨ ਚੌਧਰੀ ਤੇ ਸਕੱਤਰ ਹਰਿੰਦਰਪਾਲ ਸਿੰਘ ਹੈਰੀ ਨੇ ਮੋਹਾਲੀ ਦੇ ਐਸਐਮਓ ਡਾਕਟਰ ਹਰਮਿੰਦਰ ਸਿੰਘ ਚੀਮਾ ਨੂੰ 250 ਮੈਡੀਕਲ ਗਾਊਨ ਪੇਟ ਕੀਤੇ ਜ਼ਿਕਰ ਹੋ ਗਿਆ ਕਿ ਐਸੋਸੀਏਸ਼ਨ ਵੱਲੋਂ ਨਾ ਹੀ ਆਮ ਲੋਕਾਂ ਤੋਂ ਦਾਨ ਦੀ ਰਾਸ਼ੀ ਇਕੱਠੀ ਕੀਤੀ ਗਈ ਤੇ ਨਾ ਹੀ ਸਰਕਾਰ ਤੋਂ ਕੋਈ ਸਹਾਇਤਾ ਲਈ ਗਈ ਐਸੋਸੀਏਸ਼ਨ ਵੱਲੋਂ ਸਫਾਈ ਕਰਮਚਾਰੀਆਂ ਨੂੰ ਵੀ ਸੁਰੱਖਿਆ ਕਿੱਟਾਂ ਦਸਤਾਨੇ ਤੇ ਸਾਬਣ ਮੰਡੇ ਗਏ ਮੋਹਾਲੀ ਦੇ ਮੇਅਰ ਜੀਤੀ ਸਿੱਧੂ ਨੇ ਇਹਨਾਂ ਵਡੇਰੇ ਨਾਗਰਿਕਾਂ ਦੇ ਉਦਮ ਦੀ ਸ਼ਲਾਗਾ ਕੀਤੀ ਜਥੇਬੰਦੀ ਦੇ ਮੀਤ ਪ੍ਰਧਾਨ ਸਵਰਨ ਚੌਧਰੀ ਨੇ ਕੋਰੋਨਾ ਵਿਰੁੱਧ ਜੰਗ ਵਿੱਚ ਯੋਗਦਾਨ ਬਾਰੇ ਦੱਸਿਆ ਤੇ ਮੋਹਾਲੀ ਦੇ ਐਸਐਮਓ ਨੇ ਵੀ ਜਥੇਬੰਦੀ ਦੇ ਉਪਰਾਲਿਆਂ ਦੀ ਸ਼ਲਾਗਾ ਕੀਤੀ ਮੇਰਾ ਨਾਮ ਹੈ ਜੀ ਪ੍ਰਿੰਸੀਪਲ ਸਵਰਨ ਚੌਧਰੀ ਦੂਸਾ ਦੌਰ ਸ਼ੁਰੂ ਹੋ ਗਿਆ ਬਿਮਾਰੀ ਦਾ ਸੈਕਿੰਡ ਸਟ੍ਰੇਨ ਜਿਹੜਾ ਕਹਿੰਦੇ ਨੇ ਪਹਿਲਾਂ ਵੀ ਖਤਰਨਾਕ ਹੈ ਅਚਾਨਕ ਸਾਨੂੰ ਫੋਨ ਆਇਆ ਸੀਵਰ ਸਰਜਨ ਮੈਡਮ ਦਾ ਔਰ ਸੈਮੋ ਸਾਫ ਦਾ ਡਾਕਟਰ ਚੀਬਾਂ ਦਾ ਬਹਾਲੀ ਦਾ ਆਫੋਰਸ ਕਿ ਅਸੀਂ ਸਾਨੂੰ ਲੋੜ ਹੈ ਸਰਜਿਕਲ ਗਾਊਂਸ ਦੀ ਵਿਧਾਨੀ ਦੀ ਫਰਮ ਤੋਂ ਅਸੀਂ ਇਹ 250 ਖਰੀਦੇ ਅਗਲਾ ਸਟੈਪ ਇਹ ਹੈ ਕਿ ਬਚੇ ਹੋਏ ਪੈਸੇ ਦੇ ਨਾਲ ਜਿਵੇਂ ਮੈਂ ਹੁਣੇ-ਹੁਣੇ ਅਨਾਉਂਸ ਕੀਤਾ ਕਿ ਮਿਊਂਸੀਪਲ ਕਾਰਪੋਰੇਸ਼ਨ ਦੇ ਜਿਹੜੇ ਸਫਾਈ ਕਰਮਚਾਰੀ ਨੇ ਉਹ ਇੱਕ ਬਹੁਤ ਮਹੱਤਵਪੂਰਨ ਰੋਲ ਪਲੇ ਕਰਦੇ ਹਨ ਹੋਰ ਅਦਾ ਕੋਈ ਖਾਸ ਰਿਕੁਆਇਰਮੈਂਟ ਹੈ ਨਹੀਂ ਵਿਚਾਰਿਆਂ ਨੂੰ ਚਾਹੀਦੇ ਨੇ ਦਸਤਾਵੇਜ਼ లై వైਜੇ ਟਕੀਆਂ ਤੇ ਛੋਟੇ ਛੋਟੇ ਆ ਬੋਤਲਾਂ ਜਿਹੜੀਆਂ ਸੈਨੀਟਾਈਜ਼ਰ ਸਾਡੇ ਉਹਦੇ ਵਿੱਚ ਸਾਹਿਬ ਪੀਟੀਐਸਟੀ ਮਾਸਮੋ ਮਹਾਲੀ ਨੇ ਭਾਈ ਜਿਵੇਂ ਸੀਨੀਅਰ ਸਿਟੀਜ਼ਨਸ ਨੇ ਸਾਨੂੰ ਐਸੋਸੀਏਸ਼ਨ ਵਰਗੋਂ ਸਾਨੂੰ ਕਾਇਸੋ ਡਿਸਾਇਰਬਲ ਗਾਉਂਸ ਦੇਤੇ ਨੇ ਤੇ ਮੈਂ ਇਹਨਾਂ ਦਾ ਸੀਨੀਅਰ ਸਿਟੀਜ਼ਨਸ ਆਪਣੇ ਵਰਗੋਂ ਆਪਣੇ ਸੇਵਾ ਲਈ ਮਨ ਮੰਗ ਲਉ ਸਾਰੇ ਡਾਕਟਰਜ਼ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹੋ ਹੀ ਸਾਡੀ ਹੌਸਲਾ ਬਜਾਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 8ਵੀਂ ਤੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਬੋਰਡ ਦੇ ਮੁੱਖ ਦਫ਼ਤਰ ਤੋਂ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ 10ਵੀਂ ਦੀ ਪ੍ਰੀਖਿਆ ਵਿੱਚ ਸੂਬੇ ਦੇ 7592 ਸਕੂਲਾਂ ਦੇ ਕੁੱਲ 321384 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 321163 ਵਿਦਿਆਰਥੀ ਪਾਸ ਹੋਏ 10ਵੀਂ ਵਿੱਚੋਂ ਲੜਕੀਆਂ ਦੀ ਪਾਸ ਪ੍ਰਤੀਸ਼ਤ 99.94% ਰਹੀ ਜੋ ਕਿ ਲੜਕਿਆਂ ਦੀ ਪਾਸ ਫੀਸਤ ਤੋਂ ਵੱਧ ਦੇ ਇਸੇ ਤਰ੍ਹਾਂ 8ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰਦੇ ਹਾਂ ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਸੂਬੇ ਦੇ 11268 ਸਕੂਲਾਂ ਦੇ ਦੇਹਨੇ ਲਗ 7272 ਵਿਦਿਆਰਥੀ ਸ਼ਾਮਿਲ ਹੋਏ ਜਿਨ੍ਹਾਂ ਵਿੱਚੋਂ 36893 ਵਿਦਿਆਰਥੀ ਪਾਸ ਹੋਏ ਯੋਗਰਾਜ ਸ਼ਰਮਾ ਨੇ ਦੱਸਿਆ ਕਿ ਬੋਰਡ ਦੇ ਨਤੀਜੇ ਪਾਲਕੇਸਵਰਿਆ 8 ਵਜੇ ਤੋਂ ਬੋਰਡ ਦੀ ਵੈਬਸਾਈਟ ਤੇ ਉਪਲਬਧ ਹੋਣਗੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਠਲਾ ਵੱਲੋਂ ਅੱਜ ਵਰਚੁਅਲ ਮਾਧਿਅਮ ਰਾਹੀਂ ਵਿਸ਼ਵ ਦੂਰ ਸੰਚਾਰ ਦਿਵਸ ਮਨਾਇਆ ਗਿਆ ਇਸ ਮੌਕੇ ਪੰਜਾਬ ਦੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਪ੍ਰੋਗਰਾਮ ਦੌਰਾਨ IIT ਦਿੱਲੀ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾਕਟਰ ਸੁਵਦੇਸ਼ ਦੇ ਨੇ 5G ਟੈਕਨੋਲੋਜੀ ਦੀਆਂ ਵਿਸ਼ੇਸ਼ਤਾਈਆਂ ਸੰਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 5G ਟੈਕਨੋਲੋਜੀ ਕੀਮਤ ਤੇ ਊਰਜਾ ਪੱਖੋਂ ਸਮਰੱਥ, ਤੇਜ਼ தரਾਰ ਪ੍ਰੋਸੈਸਯੋਗ, ਚੁਸਤ ਤੇ ਵਧੇਰੇ ਕਾਰਜਸ਼ੀਲ ਵਿਸ਼ੇਸ਼ਤਾਈਆਂ ਕਰਕੇ ਵਾਇਰਲੈਸ ਸੰਚਾਰ ਦੇ ਖੇਤਰ ਵਿੱਚ 5G ਟੈਕਨੋਲੋਜੀ ਨੇ ਨਵੀਂ ਪਿਰਤ ਪਾਈ ਉਹਨਾਂ ਕਹਿਆ ਕਿ ਸੰਚਾਰ ਦੇ ਇਤਿਹਾਸ ਵਿੱਚ ਇਸ ਦੇ ਬਰਾਬਰ ਹੋਰ ਕੋਈ ਤਕਨੀਕ ਨਹੀਂ ਹੈ ਡਾਕਟਰ ਸਰਵਦੇਸ਼ ਨੇ ਦੂਰ ਸੰਚਾਰ ਵਿਭਾਗ ਵੱਲੋਂ ਸਮਰੱਥਾ ਵਧਾਉਣ ਲਈ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਤਹਿਤ ਆਈਆਈਟੀ ਦਿੱਲੀ ਦੇ ਖੋਜ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਆਈਟੀ ਦਿੱਲੀ ਵਿਖੇ ਉਦਯੋਗ ਸਹਿਯੋਗੀ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ ਜਿਸ ਨਾਲ ਇਸ ਤਕਨੀਕ ਦੀ ਵਰਤੋਂ ਕਰਕੇ ਉਤਪਾਦ ਤਿਆਰ ਕੀਤੇ ਜਾਣਗੇ ਆਪਣੇ ਸੰਬੋਧਨ ਵਿੱਚ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾਕਟਰ ਨੀਲੀਮਾ ਜਾਰਤ ਨੇ ਦੱਸਿਆ ਕਿ ਵਿਸ਼ਵ ਦੂਰ ਸੰਚਾਰ ਤੇ ਜਾਣਕਾਰ ਸਮਾਜ ਦਿਵਸ ਹਰ ਸਾਲ 11 ਮਈ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਇਹ ਦਿਨ ਦੂਰ ਸੰਚਾਰ ਦੀ ਤਾਕਤ ਦੀ ਪਛਾਣ ਕਰਨ ਦਾ ਦਿਵਸ ਹੈ ਤੇ ਅੱਜ ਦੇ ਦਿਨ ਵਿਸ਼ਵ ਦੇ ਵੱਖ-ਵੱਖ ਸੱਭਿਆਚਾਰਾਂ ਵਿਚਾਲੇ ਸਬੰਧ ਸਥਾਪਤ ਕਰਨ ਵਿੱਚ ਦੂਰ ਸੰਚਾਰ ਦੀ ਭੂਮਿਕਾ ਦੀ ਮਹੱਤਤਾ ਤੇ ਆਉਂਦੇ ਕੁਝ ਸਾਲਾਂ ਤੱਕ ਸਥਾਈ ਟੀਚਿਆਂ ਨੂੰ ਹਾਸਲ ਕਰਨ ਵਿੱਚ ਉੱਚ ਆਈਟੀ ਟੈਕਨੋਲੋਜੀ ਦੀ ਵਰਤੋਂ ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੱਖਾਂ ਕਰੋੜਾਂ ਲੋਕ ਆਪਣੀਆਂ ਲੋੜਾਂ ਤੇ ਜਾਣਕਾਰੀਆਂ ਲਈ ਦੂਰ ਸੰਚਾਰ ਨੈੱਟਵਰਕ ਤੇ ਹੀ ਨਿਰਭਰ ਨੇ ਕੋਵਿਡ-19 ਮਹਾਮਾਰੀ ਦੌਰਾਨ ਜਦ ਸਾਰਾ ਕੁਝ ਹੀ ਬੰਦ ਪਿਆ ਸੀ ਉਸ ਸਮੇਂ ਦੂਰ ਸੰਚਾਰ ਸੈਕਟਰ ਹੀ ਸਭ ਤੋਂ ਵੱਧ ਸੁਰੱਖਿਅਤ ਰਿਹਾ ਤੇ ਸਾਡਾ ਸਮਾਜਿਕ ਤਾਣਾ ਬਾਣਾ ਸਿਹਤ ਤੇ ਸਿੱਖਿਆ ਭਾਵੇਂ ਆਨਲਾਈਨ ਕਲਾਸਾਂ ਤੇ ਆਨਲਾਈਨ ਡਾਕਟਰੀ ਸਲਾਹ ਆਦ ਸਾਰਾ ਕੁਝ ਟੈਲੀਕਮ ਨਾਲ ਹੀ ਜੁੜਿਆ ਰਿਹਾ। ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕਣਕ ਦੀ ਆਮਦ ਜਾਰੀ ਹੈ ਇਸ ਵਾਰ ਕਿਸਾਨ ਪਹਿਲੀ ਵਾਰ ਆਪਣੇ ਜਿੰਸ ਦੀ ਅਦਾਇਗੀ ਖਾਤਿਆਂ ਵਿੱਚ ਪ੍ਰਾਪਤ ਕਰਕੇ ਕਾਫੀ ਖੁਸ਼ ਨੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਮਗਰੋਂ 1-2 ਦਿਨਾਂ ਦੇ ਅੰਦਰ ਹੀ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਅਦਾਇਗੀ ਪ੍ਰਾਪਤ ਹੋ ਜਾਂਦੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੀੜੀ ਅਫਗਾਨਾ ਦੇ ਕਿਸਾਨ ਸੰਦੀਪ ਸਿੰਘ ਤੇ ਲੁਧਿਆਣਾ ਜ਼ਿਲ੍ਹੇ ਦੇ ਬਸੀਆਂ ਪਿੰਡ ਦੇ ਰਵਿੰਦਰ ਸਿੰਘ ਨੇ ਜਿੰਸ ਦੀ ਸਿੱਧੀ ਅਦਾਇਗੀ ਤੇ ਤਸੱਲੀ ਪ੍ਰਗਟ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਕਿਉਂਕਿ ਮੈਂ ਕੀੜੀ ਅਫਗਾਨਾ ਫੜਦੇ ਵਿੱਚ 50 ਕਟੌਟ ਕਣਕ ਸੁੱਤੀ ਉੱਤੇ 48 ਘੰਟਿਆਂ ਦੇ ਵਿੱਚ ਪੇਮਟ ਆ ਚੁੱਕੀ ਆ ਮੈਂ ਐਸਸੀ ਆਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਵਧੀਆ ਐਸਸੀ ਆਈ ਦੀ ਪਰਚੇਦ ਚਲ ਰਹੀ ਹੈ ਮੇਰਾ ਨਾਮ ਰਵਿੰਦਰ ਸਿੰਘ ਸਾਨਮ ਕਰਮੇਲ ਸਿੰਘ ਸਾਨੋ ਪੰਗਾ ਜੇ ਮੇਰਾ ਪਿੰਡ ਵਸਨੀਆ ਅਸੀ ਰਾਜਕੋਟ ਦਿੱਲੀ ਤੋਂ ਤੇਣਾ ਮੈਂ ਆਪਣੀ ਜਸਲ ਐਫ ਜਾਈ ਦੀ ਵੇਚੀ ਸੀ ਜੋ ਸੈਂਟਰ ਦੀ ਏਜੰਸੀ ਆ ਤੇ ਮੇਰੀ ਪੇਮੈਂਟ ਵੀ 2 ਦਿਨਾਂ ਦੇ ਨਾਲ ਵਿੱਚ ਹੀ ਆ ਗਈ ਮੈਂ ਆਪੀ ਜਾਈ ਦੇ ਕੰਮ ਤੋਂ ਬਹੁਤ ਬਹੁਤ ਧੰਨਵਾਦ ਸੈਂਟਰ ਨੂੰ ਕਰਦਾ ਹਾਂ ਸੁਰਖੀ ਅਕਾਦਸਿਆ ਨੇ ਸ਼੍ਰੀਨਗਰ ਦੇ ਬਾਹਲੇ ਇਲਾਕੇ ਵਿੱਚ ਅੱਜ ਆਤਵਾਦੀਆਂ ਦੀ ਭਾਲ ਲਈ ਚੱਲ ਰਹੀ ਤਲਾਸ਼ੀ ਮੁਹਿੰਮ ਦੌਰਾਨ ਦੋ ਆਤਵਾਦੀਆਂ ਨੂੰ ਠੇਰ ਕਰ ਦਿੱਤਾ ਇੱਕ ਰਖਿਆ ਬੁਲਾਰੇ ਨੇ ਸ਼੍ਰੀਨਗਰ ਵਿੱਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਬਾਹਰਲੇ ਪਾਸੇ ਪੈਂਦੇ ਖਾਨਮੋਹ ਖੇਤਰ ਵਿੱਚ ਸਵੇਰ ਵੇਲੇ ਤੋਂ ਹੀ ਆਤਵਾਦੀਆਂ ਦੇ ਲੁਕੇ ਹੋਣ ਦੀ ਸੂਹ ਮਿਲਣ ਮਗਰੋਂ ਰਾਸ਼ਟਰੀ ਰਾਈਫਲਜ਼ ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨਸ ਮੂ ਤੇ ਸੀਆਰਪੀਐਫ ਦੇ ਜਵਾਨਾਂ ਵੱਲੋਂ ਪੁਨਛਾਣ ਦਾ ਕੰਮ ਕੀਤਾ ਜਾ ਰਿਹਾ ਸੀ ਇਲਾਕੇ ਤੱਕ ਜਾਣ ਵਾਲੇ ਸਾਰੇ ਰਸਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਉੱਥੋਂ ਬਾਹਰ ਆਉਣ ਵਾਲੇ ਰਸਿਆਂ ਨੂੰ ਵੀ ਸੀਲ ਕਰ ਦਿੱ ਆਖਰੀ ਖਬਰਾਂ ਤੱਕ ਦੋ ਆਤਵਾਦੀਆਂ ਨੂੰ ਟੀਰ ਕਰ ਦਿੱਤਾ ਗਿਆ ਏ ਹੋਰ ਵੇਰਵਿਆਂ ਦੀ ਅਜੇ ਉਡੀਕ ਏ ਡीडी ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਇਹ ਬੁਲੇਟਿਨ RNU ਜਲੰਧਰ ਦੇ Twitter handle ਤੇ Facebook page ਤੇ ਉਪਲਬਧ ਨੇ ਤੇ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ ਆਗਿਆ ਦਿਓ ਨਮਸਕਾਰ